ਸ਼ਿਕਾਲ ਦੋਸਤੋ, ਕਿਵੇਂ? ਉਮੀਦ ਕਰਦੀ ਹਾਂ ਠੀਕ ਠਾਕ ਹੋਵੋਗੇ। ਅਤੇ ਕੱਲ੍ਹ ਵਾਲਾ ਵਲੋਗ ਜਿਹੜਾ ਆਪਾਂ ਪਾਇਆ ਸੀ ਅਤੇ ਉਹਨੂੰ ਤੁਸੀਂ ਸਾਰਿਆਂ ਨੇ ਬੜਾ ਪਿਆਰ ਦਿੱਤਾ ਅਤੇ ਮੇਰੀਆਂ ਸਾਰੀਆਂ ਗੱਲਾਂ ਨੂੰ ਸੁਣ ਕੇ ਤੁਸੀਂ ਆਪਣੇ ਬੜੇ ਪਿਆਰੇ ਪਿਆਰੇ ਕਮੈਂਟ ਵੀ ਕੀਤੇ ਅਤੇ ਜਿਹੜੀਆਂ ਗੱਲਾਂ ਨਾ ਇੱਕ ਬੰਦੇ ਨੂੰ ਮਤਲਬ ਐਨਰਜੀ ਜੀ ਦਿੰਦੀਆਂ ਨੇ ਕੰਮ ਕਰਨ ਦੀ। ਅਤੇ ਅੱਜ ਮੈਂ ਕਾਫੀ ਐਨਰਜੈਟਿਕ ਹਾਂ। ਵੈਸੇ ਮੈਂ ਪਿਛਲੇ ਇੱਕ ਹਫ਼ਤੇ ਤੋਂ ਬਾਅਦ ਕਾਫੀ ਨੈਗੇਟਿਵ ਚੱਲ ਰਹੀ ਸੀ। ਮੈਂ ਬਹੁਤ ਪੋਜ਼ਿਟਿਵ ਰਹਿੰਦੀ ਹਾਂ ਪਰ ਵਿੱਚ ਜੇ ਆ ਹੀ ਗਈ ਸੀ। ਅਤੇ ਵੈਸੇ ਤਾਂ ਅਲਮਾਰੀ ਕਹਿੰਦੇ ਆਪਣੀ ਨਹੀਂ ਵਿਖਾਉਣੀ ਚਾਹੀਦੀ, ਪਰ ਮੈਂ ਇੱਕ ਚੀਜ਼ ਤੁਹਾਨੂੰ ਵਿਖਾਉਂਦੀ ਹਾਂ ਵੀ ਮੇਰੇ ਨਾ ਹਾਲ ਕੀ ਹੋ ਜਾਂਦਾ ਮੇਕਅਪ ਵਾਲੇ ਉਹਦਾ, ਮਤਲਬ ਤੁਹਾਡਾ ਵੀ ਇਹੋ ਹੀ ਹਾਲ ਹੁੰਦਾ ਹੋਊਗਾ ਮੇਰੇ ਹਿਸਾਬ ਨਾਲ। ਜਦੋਂ ਆਪਾਂ ਮੇਕਅਪ ਕਰ ਲੈਂਦੀ ਹਾਂ ਨਾ, ਤਾਂ ਉਹ ਤੋਂ ਬਾਅਦ ਸਾਨੂੰ ਚੇਤਾ ਭੁੱਲ ਜਾਂਦਾ ਵੀ ਉਹ ਚੀਜ਼ ਥਾਂ ਥਾਂ ਵੀ ਰੱਖਣੀ, ਦੂ ਉਦੋਂ ਕਾਲੀ ਕਾਲੀ ਮੇਕਅਪ ਕਰਕੇ ਤੁਰਦੇ ਬਣੀ ਦਾ ਵਾ, ਤਾਂ ਸਾਰਾ ਜਿਹੜਾ ਕੁਛ ਆ ਉਹ ਖਿਲਰ ਜਾਂਦਾ। ਮਤਲਬ ਹੁਣ ਮੈਂ ਅੱਜ ਸੈੱਟ ਕਰਨ ਲੱਗੀ ਹਾਂ ਅਤੇ ਵੱਧ ਤੋਂ ਵੱਧ 5 ਦਿਨ ਕੱਢੂਗਾ, 5 ਦਿਨ ਤੋਂ ਵੱਧ ਇਹਨੇ ਨਹੀਂ ਕੱਢਣੇ। ਅਤੇ ਮੈਂ ਤੁਹਾਨੂੰ ਵਿਖਾਉਂਦੀ ਮੇਰੇ ਮੇਕਅਪ ਵਾਲੇ ਉਹਦਾ ਹਾਲ ਜੀ। ਦੱਸ ਆਹ ਮੇਰੇ ਖਾਣੇ ਦਾ ਹਾਲ ਹੋਇਆ ਵਾ, ਇਹਨੂੰ ਹੁਣ ਮੈਂ ਸੈੱਟ ਕਰਨਾ ਵਾ। ਬੜਾ ਬੁਰਾ ਹਾਲ ਆ, ਜਿਹੜੀ ਲਿਪਸਟਿਕ ਲਾਈ ਸੁੱਟ ਕੇ ਚਲ ਗਏ, ਜੇ ਉਹ ਕੀਤਾ ਸੁੱਟ ਕੇ ਚਲ ਗਏ। ਨਾਲੇ ਤੁਹਾਨੂੰ ਮੈਂ ਆਪਣਾ ਮੇਕਅਪ ਪਾ ਖਲਾਰਾ ਬੈੱਡ 'ਤੇ ਖਲਾਰ ਲਿਆ ਵਾ, ਚਾਦਰ ਜਿਹੀ ਝਾੜਨੀ ਆ ਆਪਾਂ। ਅਤੇ ਪਹਿਲਾਂ ਆਪਾਂ ਲਿਪਸਟਿਕਾਂ ਵਾਲੀ ਸਾਈਡ 'ਤੇ ਹੁੰਦੇ ਹਾਂ, ਥੋੜ੍ਹੀਆਂ ਜਿਹੀਆਂ ਆਪਾਂ ਇਹਦੇ 'ਚ ਰੱਖਦੀਆਂ ਨੇ, ਇਹ ਉਹ ਜਿਹੜੀਆਂ ਰੈਗੂਲਰ ਯੂਜ਼ 'ਚ ਆਉਂਦੀਆਂ ਨੇ, ਠੀਕ ਹੈ। ਅਤੇ ਇੱਥੇ ਆਪਾਂ ਟੋਕਰੀਆਂ ਟੋਕਰੀਆਂ ਨਾਲ ਥੋੜ੍ਹਾ ਜਿਹਾ ਚੀਜ਼ਾਂ ਨੂੰ ਲੱਭਣਾ ਥੋੜ੍ਹਾ ਸੌਖਾ ਹੋਏ। ਅਤੇ ਆਹ ਮੇਰੀਆਂ ਲਿਪਸਟਿਕਸ, ਹਾਲਾਂਕਿ ਤੁਹਾਨੂੰ ਬਹੁਤ ਦਿਨ ਇੱਦਾਂ ਮਿਲਣਗੀਆਂ ਨਹੀਂ, ਇਹਨਾਂ ਨੂੰ ਸੈੱਟ ਕਰਕੇ ਹੋਰ ਲਾਉਂਦੀ ਹਾਂ। ਦੋਸਤੋ ਆਹ ਜਿਹੜੀਆਂ ਲਿਪਸਟਿਕਾਂ ਨਾ ਇਨ ਕਲਰ ਦੀਆਂ, ਮੈਂ ਨਾ ਵੈਸੇ ਕਿਤੇ ਗਈ ਹਾਂ ਅਤੇ ਉਹਨਾਂ ਨੇ ਮੈਨੂੰ ਕਿਹਾ ਲਿਪਸਟਿਕ ਬਹੁਤ ਵਧੀਆ ਹੁੰਦੀ ਅਤੇ ਮੈਂ ਲੈ ਲਈ। ਤੁਸੀਂ ਮੰਨੋਗੇ ਵੀ ਸਿਰਫ 250 ਦੀ ਆਈ ਅਤੇ ਲਿਪਸਟਿਕ ਇੰਨੀ ਕੁ ਜ਼ਿਆਦਾ ਵਧੀਆ ਵਾ ਵੀ ਮਤਲਬ ਹਾਈ ਐਂਡ ਬ੍ਰਾਂਡਸ ਇਹਦੇ ਲਾਗੇ ਕੁਛ ਵੀ ਨਹੀਂ ਹੈਗੇ। ਮੇਰੇ ਕੋਲ ਇੱਥੇ ਆਪਣਾ ਹੈਗੀ ਆ, ਆਹ ਮੈਕ ਵੀ ਹੈਗਾ ਵਾ, ਮੈਕ ਦੀ ਲਿਪਸਟਿਕ ਆ, ਆਹ ਨਾਇਕਾ ਦੀ ਆ, ਹੈ ਨਾ। ਅਤੇ ਸਾਰੀਆਂ ਮਹਿੰਗੀਆਂ ਮਹਿੰਗੀਆਂ ਭਾਰੀਆਂ ਲਿਪਸਟਿਕਾਂ ਵੀ ਆਪਣੇ ਕੋਲ ਹੈਗੀਆਂ, ਲੈਕਮੀ ਦੀਆਂ ਸਾਰੀਆਂ ਲੈ, ਇਹ ਤਾਂ ਚਲੋ ਨੋਰਮਲ ਹੁੰਦੀਆਂ ਵੈਸੇ। ਅਤੇ ਪਰ ਉਹਨਾਂ ਨੂੰ ਇਹ ਲਿਪਸਟਿਕ ਬਿਲਕੁਲ ਫੇਲ ਕਰਦੀ ਆ, ਫੁੱਲ ਡੇ ਸਟੇ ਹੁੰਦਾ ਇਹਦਾ। ਅਤੇ ਕਲਰ ਵੀ ਮੇਰੇ ਕੋਲ ਦੋਨੋਂ ਆ, ਅਤੇ ਦੋਨੋਂ ਬੜੀ ਸੋਹਣੇ ਆ, ਬਬਲ ਗਮ ਪਿੰਕ ਆ ਅਤੇ ਇੱਕ ਕੌਫੀ ਜੀ ਜਿਹੜੇ ਆ, ਇੱਕ ਆਸ਼ ਵੀ ਬਹੁਤ ਸੋਹਣੇ ਕਲਰ ਆ, ਬਹੁਤ ਘੈਂਟ ਆ। ਕੀ ਕਰਦਾ ਪਿਆ? ਨਾਮ ਤਾਂ ਨਾਮ ਕਿਤੇ ਆ, ਕੌਣ ਆ ਇਹ? ਨਾਮ ਤੂੰ ਚੂਰੀ ਖਾਣ ਦਿਆ, ਨਾਮ ਤੋਂ ਕੋਈ ਰੋਟੀ ਖਾਧੀ ਨਹੀਂ ਜਾਂਦੀ। ਨਿਆਮਤ ਕੋ ਨਹੀਂ ਖਾਧੀ ਜਾਂਦੀ ਨਾ, ਰੋਟੀ ਨਹੀਂ ਖਾਧੀ ਜਾਂਦੀ, ਨਹੀਂ ਖਾਧੀ ਜਾਂਦੀ। ਦੋਸਤੋ ਮੈਨੂੰ ਦੇਖ ਕੇ ਤੁਸੀਂ ਡਰ ਨਾ ਜਾਇਓ, ਫੇਸ ਪੈਕ ਲਾਇਆ ਵਾ ਬੀਟਰੂਟ ਅਤੇ ਬੇਸਣ ਮਿਕਸ ਕਰਕੇ ਪਲੱਸ ਰੋਜ਼ ਵਾਟਰ, ਤਿੰਨ ਚੀਜ਼ਾਂ ਮਿਕਸ ਕਰਕੇ ਲਾਇਆ। ਟੈਨਿੰਗ ਜੀ ਹੋਈ ਸੀ ਬਹੁਤ ਜ਼ਿਆਦਾ ਇੱਥੇ ਫੋਰਹੈਡ 'ਤੇ, ਅਤੇ ਉਹ ਆਪਾਂ ਲਾਇਆ ਅਤੇ ਮੈਂ ਆਪਣਾ ਜਿਹੜਾ ਮੇਕਅਪ ਵਾਲਾ ਡਰੋਅ ਕਰ ਲਿਆ ਕਾਫੀ ਹੱਦ ਤੱਕ। ਸੋ ਆਹ ਮੇਰੀਆਂ ਇਹ ਓਇਲ ਆ, ਮੈਨੂੰ ਆਇਆ ਸੀ ਕਿਤੋਂ ਅਤੇ ਉਹਨਾਂ ਨੇ ਕਿਹਾ ਸੀ ਮਤਲਬ ਪ੍ਰਮੋਸ਼ਨ ਲਈ ਨਹੀਂ, ਉਹਨਾਂ ਨੇ ਕਿਹਾ ਤੁਸੀਂ ਦੀਦੀ ਟਰਾਈ ਕਰੋ, ਜੇ ਤੈਨੂੰ ਚੰਗਾ ਲੱਗੂਗਾ ਤਾਂ ਪ੍ਰਮੋਸ਼ਨ ਕਰ ਦਿਓ। ਪਰ ਮੈਂ ਤੁਹਾਨੂੰ ਦੱਸਾਂ ਮੈਂ ਟਰਾਈ ਨਹੀਂ ਕੀਤਾ, ਹੁਣ ਮੈਂ ਸੋਚਦੀ ਵੀ ਇਹਨੂੰ ਮੈਂ ਟਰਾਈ ਕਰੂੰਗੀ, ਜੇ ਵਧੀਆ ਰਿਜ਼ਲਟ ਦਊਗਾ ਤੁਹਾਨੂੰ ਦੱਸੂੰਗੀ, ਕਿਉਂਕਿ ਮੌਸਮ ਜਿਹੜਾ ਮੀਂਹ ਵਾਲਾ ਨੇ ਚਵਾਲ ਝੜਦੇ ਹੁੰਦੇ। ਇਹ ਮੇਰੇ ਕੰਪੈਕਟਸ ਨੇ ਜਿਹੜੇ ਮੈਨੂੰ ਬਹੁਤ ਵਧੀਆ ਲੱਗਦੇ ਨੇ, ਕੇ ਬਿਊਟੀ ਦਾ ਵਾ 800 ਸਮਥਿੰਗ ਕੁਛ ਦਾ ਸੀਗਾ, ਅਤੇ ਇਹ ਲੈਮਲ ਦਾ ਵਾ, ਇਹ ਵੀ 300 ਸਮਥਿੰਗ ਕੁਛ ਦਾ। ਅਤੇ ਦੋਨੋਂ ਮਕਾਏ ਨਹੀਂ ਗੇ ਮੈਂ, ਮੇਰੇ ਮੁੰਡੇ ਨੇ ਤੋੜਤੇ ਨੇ, ਇਹ ਵੀ ਤੋੜਿਆ ਸੀਗਾ ਅਤੇ ਇਹ ਵੀ ਤੋੜਿਆ ਸੀਗਾ, ਅਤੇ ਕਾਫੀ ਕੁੱਟ ਪਈ ਉਹਨੂੰ। ਹੁਣ ਮੈਂ ਨਵਾਂ ਇਹਦੇ ਨਾਲ ਦਾ ਮੰਗਾ ਕੇ ਰੱਖਿਆ ਵਾ, ਕੇ ਬਿਊਟੀ ਦਾ, ਇਹ ਬਹੁਤ ਅੱਛਾ ਕੰਪੈਕਟ ਆ, ਡਰਾਈ ਸਕਿਨ ਆ ਅਤੇ ਬਹੁਤ ਜ਼ਿਆਦਾ ਵਧੀਆ, ਅਤੇ ਉਹ ਮੰਗਾਇਆ ਵਾ। ਫਿਰ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਪਣੀਆਂ ਬੈਸਟ ਚੀਜ਼ਾਂ ਤੁਹਾਨੂੰ ਦੱਸੂੰਗੀ ਮੇਕਅਪ 'ਚ ਕੀ ਆ, ਅਤੇ ਇੱਥੇ ਤੇਲ ਆ ਬਹੁਤ ਵਧੀਆ ਮਸਕਾਰਾ ਜੇ ਮੇਬਲਿਨ ਦਾ, ਜੇ ਬਹੁਤ ਵਧੀਆ ਕੰਮ ਕਰਦਾ ਅਤੇ ਸਟੇ ਵੀ ਇਹਦਾ ਬਹੁਤ ਅੱਛਾ ਆ, ਠੀਕ ਹੈ। ਉਸ ਤੋਂ ਬਾਅਦ ਮੇਕਅਪ ਫਿਕਸਰ, ਮੇਕਅਪ ਫਿਕਸਰ ਲਈ ਕਲਰ ਵਾਰ ਦਾ ਮੈਂ ਆਹ ਯੂਜ਼ ਕਰ ਰਹੀ ਹਾਂ, ਐਂਡ ਇਹ ਵੀ ਬਹੁਤ ਜ਼ਿਆਦਾ ਵਧੀਆ ਜੇ, ਤੇ ਬਹੁਤ ਅੱਛੀ ਡਿਊਈ ਜੀ ਫਿਨਿਸ਼ ਦਿੰਦਾ ਤੁਹਾਨੂੰ। ਇਧਰ ਇਹਨੇ ਹੰਦ ਇਦਾਂ ਕਰੋ, ਇਧਰ ਇਹ ਵੇਖਦੀ ਤੂੰ ਹੈ ਨਹੀਂਗੀ, ਪਾਪਾ ਲ ਵੇਖ ਨਾ, ਨਾਮ ਤੂੰ ਇਦਾਂ ਕੀਤਾ ਤੇ ਹੈਗਾ ਕਿਡਾ ਸੋਹਣਾ ਉਹਨੇ, ਇਹ ਹੁਣ ਕਰੋ ਇਦਾਂ ਤੋਂ ਲਈ ਉਹਦਾ, ਹੁਣ ਕਰੋ ਇਹ ਇਦਾਂ ਇਦਾਂ, ਪਾਪਾ ਲ ਵੇਖ ਇਦਾਂ, ਛੋਟਾ ਪੁੱਤ ਕਿੱਥੇ ਆ?
ਨਾ। ਸੋ ਇੱਦਾਂ ਕਿੱਦਾਂ ਹੋ ਸਕਦਾ ਵਾ ਵੀ ਵਲੌਗ 'ਚ ਤੁਹਾਨੂੰ ਪਾਰਸਲ ਨਾ ਵਿਖੇ। ਸੋ ਪਾਰਸਲ ਨਾਇਕਾ ਤੋਂ ਆ ਗਿਆ ਵਾ ਅਤੇ ਕੀ ਮੰਗਾਇਆ ਇਹ ਅਜੇ ਵੇਖ ਕੇ ਪਤਾ ਲੱਗੂ। ਉਹ ਆਹ ਦੋ ਚੀਜ਼ਾਂ ਵਾ, ਇੱਕ ਤਾਂ ਆਹ ਲਿਪਸਟਿਕ ਹੈ ਇਨਸਾਈਟ ਦੀ, ਇਸ ਕਲਰ ਦੀ ਤਾਰੀਫ ਬੜੀ ਸੁਣੀ ਸੀ ਮੈਂ ਵੀ ਇਹ ਕਲਰ ਬੜਾ ਸੋਹਣਾ, ਅਤੇ ਮੈਂ ਮੰਗਾਈ ਆ। ਇਹ ਜਿਹੜੇ ਫੇਸ ਵਗੈਰਾ ਸ਼ੇਵ ਕਰਦੇ ਨਾ ਉਹ ਤੋਂ ਪਹਿਲਾਂ ਲਾਈ ਦੀ ਵੈਕਸ। ਮੰਮਾ ਦੀ ਡਿਮਾਂਡ ਹੈ ਜੀ, ਇਮਰੋਜ਼ ਦੀ ਡਿਮਾਂਡ ਹੈ ਕਿ ਉਹ ਮੈਗੀ ਖਾਏਗਾ ਅੱਜ, ਅਤੇ ਕਾਫੀ ਦਿਨਾਂ ਬਾਅਦ ਮੰਗੀ ਹੈ ਸੋ ਮੈਂ ਸੋਚਿਆ ਚਲੋ ਉਹਨੂੰ ਦੇ ਦਿੰਦੀ ਹਾਂ। ਵੈਸੇ ਮੈਂ ਇਹੋ ਜਿਹੀ ਚੀਜ਼ਾਂ ਨੂੰ ਘੱਟ ਹੀ ਦਿੰਦੀ ਖਾਣ ਨੂੰ। ਕਾਫੀ ਦਿਨਾਂ ਬਾਅਦ ਮੰਗੀ ਇਮਰੋਜ਼ ਨੇ ਮੈਗੀ, ਅਤੇ ਮੈਂ ਕਿਹਾ ਫਿਰ ਇਹਨੂੰ ਦੇ ਹੀ ਦਿੰਦੇ ਹਾਂ ਖਾਣ ਨੂੰ। ਵੈਸੇ ਇਹਨੂੰ ਘੱਟ ਹੀ ਦਿੰਦੀ ਹਾਂ, ਮਤਲਬ ਮੈਗੀ ਵਗੈਰਾ ਜਾਂ ਚੋਕਲੇਟ ਟੋਫੀਆਂ ਲੋਲੀਪੋਪ ਵਗੈਰਾ ਜਾਂ ਮਤਲਬ ਕੋਈ ਵੀ ਇਹੋ ਜਿਹੀਆਂ ਮਿੱਠੀਆਂ ਚੀਜ਼ਾਂ ਸਾਡੇ ਘਰੇ ਘਾਟੀਆਂ ਆਉਂਦੀਆਂ ਬੱਚਿਆਂ ਦੀਆਂ ਇਹੋ ਜਿਹੀਆਂ ਖਾਣ ਪੀਣ ਵਾਲੀਆਂ, ਇਹਦੇ ਨਾਲੋਂ ਮੈਂ ਪ੍ਰੈਫਰ ਕਰਦੀ ਹਾਂ ਫਰੂਟਸ ਲਿਆ ਦਿੰਦੀ ਹਾਂ ਜਾਂ ਹੈ ਨਾ ਇਹੋ ਜਿਹੀ ਚੀਜ਼ ਜਿਹੜੀਆਂ ਇਹ ਖਾ ਲੈਣ ਹੈਲਦੀ ਹੋਣ, ਅਤੇ ਚੋਕਲੇਟ ਟੋਫੀਆਂ ਜੇ ਕੋਈ ਗਿਫਟ ਕਰਜੇ ਤਾਂ ਫਿਰ ਆਉਂਦੀਆਂ ਨੇ ਘਰੇ, ਮੈਂ ਨਹੀਂ ਲੈ ਕੇ ਆਉਂਦੀ। ਅਤੇ ਮੈਗੀ ਆਉਂਦੀ ਆ ਪਰ ਜਦੋਂ ਮੈਂ ਬਣਾਉਣੀ ਹੋਵੇ ਜਾਂ ਖਾਣੀ ਹੋਵੇ ਤਾਂ ਚੋਰੀ ਚੋਰੀ ਖਾ ਲੈਂਦੀ ਹਾਂ, ਇਹਨੂੰ ਨਹੀਂ ਪਤਾ ਲੱਗਣ ਦਿੰਦੀ ਇਹਨੂੰ ਮਹੀਨੇ 'ਚ ਇੱਕ ਅੱਧੀ ਵਾਰ ਜਦੋਂ ਮੰਗੇ ਤਾਂ। ਕੀ ਹੁੰਦਾ ਨਿਆਮਤ ਹੈ ਏ ਨਿਆਮਤ ਦੀ ਫਰੋਕ ਬੜੀ ਸੋਹਣੀ ਲੱਗਣ ਦੀ ਆ। ਆਹ ਸਾਡਾ ਇਮਰੋਜ਼ ਸਿੰਘ ਕੀ ਖਾਣ ਲੱਗਾ? ਮੈਗੀ। ਮੈਮ ਨੇ ਤਾਂ ਕਿਹਾ ਸੀ ਵੀ ਫੋਨ ਨਹੀਂ ਵੇਖਣਾ। ਕੀ ਕਿਹਾ ਸੀ? ਰੋਟੀ ਖਾਣ ਲੱਗਿਆ ਵੇਖਣਾ ਵਾ। ਰੋਟੀ ਖਾਣ ਲੱਗਿਆ ਵੇਖਣਾ ਆ? ਚਲੋ ਬਿੰਦੀ ਜੋਸ਼ੀ ਮੈਮ ਵੇਖਣਗੇ ਵਲੌਗ 'ਚ। ਫਿਰ ਸ਼ਾਮ ਨੂੰ ਅਸੀਂ ਗਏ ਜੀ ਗੁਰਦੁਆਰਾ ਸਾਹਿਬ, ਸਾਰੀ ਫੈਮਿਲੀ ਆ, ਦੋਵੇਂ ਭੈਣ ਭਰਾ ਜਾਂਦੇ ਨੇ ਇਮਰੋਜ਼ ਦੇ ਦੀ ਕੰਨੀ ਆ, ਬੜੇ ਪਿਆਰ ਨਾਲ ਉਹਨੂੰ ਅੰਦਰ ਲੈ ਕੇ ਜਾਂਦਾ, ਫਿਰ ਇਮਰੋਜ਼ ਦੇ ਸੈਂਡਲ ਲਾ ਕੇ ਜਿਹੜਾ ਘਰ 'ਚ ਜਮ੍ਹਾਂ ਕਰਾਉਂਦਾ ਹੁੰਦਾ। ਸੋਹਣੇ ਲੱਗਣਦੇ ਨਿਕਲੀ ਜੀ ਦੋਵੇਂ ਇਕੱਠੇ ਜਾਂਦੇ ਆ। ਅਗਲੇ ਦਿਨ ਦਾ ਇਹ ਜੀ ਕਲਿੱਪ ਹੈ ਅਤੇ ਮੈਂ ਬਣਾ ਰਹੀ ਹਾਂ ਭਿੰਡੀਆਂ, ਅਤੇ ਕਵਰ ਲੈ ਆਏ ਜੀ ਮੇਰਾ ਫੇਵਰੇਟ ਸੈਲਡ, ਸੋ ਨਾਲ ਮੈਂ ਸਲਾਦ ਖਾ ਕੇ ਇੰਜੋਏ ਕਰ ਰਹੀ ਹਾਂ। ਦੁਪਹਿਰ ਦਾ ਟਾਈਮ ਹੋਇਆ ਵਾ, ਬੱਚਾ ਪਾਰਟੀ ਜਿਹੜੀ ਆ ਉਹ ਸਾਰੀ ਸੁੱਤੀ ਆ ਅਤੇ ਮੈਂ ਇੰਜੋਏ ਕਰ ਰਹੀ ਹਾਂ ਆਪਣੀ ਚਾਹ, ਇਟਸ ਮੀ ਟਾਈਮ। ਮੈਂ ਦੂਸਰੇ ਰੂਮ 'ਚ ਆ ਕੇ ਬੈਠੀ, ਮੇਰਾ ਸਟੂਡੀਓ ਰੂਮ ਹੈ ਅਤੇ ਇੱਥੇ ਬੈਠ ਕੇ ਮੈਂ ਇੰਜੋਏ ਕਰਦੀ ਹਾਂ। ਟਰੋਫੀਸ ਪੁੱਛਦੇ ਹੁੰਦੇ ਉਹ ਕਾਹਦੀਆਂ ਨੇ, ਇਹ ਥੀਏਟਰ ਦੀਆਂ ਨੇ, ਇਹ ਸਾਰੀਆਂ ਸਾਨੂੰ ਥੀਏਟਰ 'ਚੋਂ ਮਿਲੀਆਂ ਨੇ ਔਰ ਸਾਰੀਆਂ ਇਸ ਸਾਲ ਦੀਆਂ ਨੇ। ਇਹ ਪਿਛਲੇ ਸਾਲ ਦੀਆਂ ਜਿੰਨੀਆਂ ਵੀ ਸੀ ਉਹ ਅਸੀਂ ਅੰਮ੍ਰਿਤਸਰ ਹੀ ਛੱਡ ਆਏ, ਸੋ ਇਸ ਸਾਲ ਦੀਆਂ ਜਿਹੜੀਆਂ ਟਰੋਫੀਸ ਆ ਉਹ ਇੱਥੇ ਆ। ਅਤੇ ਸਾਰੇ ਪੁੱਛ ਰਹੇ ਸੀ ਕਿ ਨੌ ਸੱਸ ਦਾ ਐਪੀਸੋਡ ਕਿਉਂ ਨਹੀਂ ਆਇਆ, ਨੌ ਸੱਸ ਦਾ ਐਪੀਸੋਡ ਕਿਉਂ ਨਹੀਂ ਆਇਆ। ਅਤੇ ਤੁਹਾਨੂੰ ਦੱਸ ਦੇਵਾਂ ਕਿ ਮੰਮੀ ਲੜਕੇ ਅੰਮ੍ਰਿਤਸਰ ਨਹੀਂ ਗਏ, ਉਹ ਐਕਚੁਲੀ ਕਿਸੇ ਨੇ ਮੈਨੂੰ ਇਹ ਵੀ ਕਿਹਾ ਸੀਗਾ ਮੰਮੀ ਕਿਤੇ ਗਏ ਤੁਹਾਡੇ, ਅਤੇ ਮੰਮੀ ਗਏ ਨੇ ਅੰਮ੍ਰਿਤਸਰ ਕਿਉਂਕਿ ਰੱਖੜੀ ਆਉਂਦੀ ਸੀ ਅਤੇ ਉਹਨਾਂ ਨੂੰ ਇਹ ਸੀਗਾ ਕਿ ਚਲੋ ਮੈਂ ਥੋੜ੍ਹਾ ਟਾਈਮ ਉੱਥੇ ਵੀ ਬੱਚਿਆਂ ਨਾਲ ਸਪੈਂਡ ਕਰਾਵਾਂ, ਕਿਉਂਕਿ ਤੁਹਾਨੂੰ ਦੱਸਿਆ ਜਠਾਣੀ ਦੇ ਬੇਟੇ ਵੀ ਦੋਨੋਂ ਛੋਟੇ ਹੀ ਨੇ, ਮਤਲਬ ਇੱਕ ਹੈਗਾ ਆ ਸਾਲ ਦਾ ਨਹੀਂ ਹੋਇਆ ਅਜੇ 7-8 ਮਹੀਨਿਆਂ ਦਾ, ਅਤੇ ਦੂਸਰਾ ਚਲੋ 4 ਸਾਲ ਦਾ, ਅਤੇ ਉਹਨਾਂ ਨੂੰ ਵੀ ਹੁੰਦਾ ਕਿ ਦਾਦੀ ਸਾਡੇ ਨਾਲ ਟਾਈਮ ਸਪੈਂਡ ਕਰੇ। ਸੋ ਮੰਮੀ ਥੋੜ੍ਹੇ ਦਿਨ ਲਈ ਉੱਥੇ ਗਏ, ਇਸ ਕਰਕੇ ਅਸੀਂ ਨੌ ਸੱਸ ਵਾਲਾ ਐਪੀਸੋਡ ਸ਼ੂਟ ਨਹੀਂ ਕਰ ਪਾਏ, ਪਰ ਅਗਲੇ ਐਤਵਾਰ ਤੁਹਾਨੂੰ ਮਿਲੇਗਾ ਨੌ ਸੱਸ ਵਾਲਾ ਐਪੀਸੋਡ, ਅਤੇ ਉਹਦੇ 'ਚ ਮੇਰੀ ਜਠਾਣੀ ਵੀ ਨਾਲ ਜ਼ਰੂਰ ਹੋਊਗੀ, ਆਪਾਂ ਸਾਰੇ ਇਕੱਠੇ ਮਿਲ ਕੇ ਬਣਾਵਾਂਗੇ। ਅਤੇ ਸੋ ਵੇਟ ਕਰੋ ਐਤਵਾਰ ਦੀ, ਅਤੇ ਬਾਕੀ ਵਧੀਆ ਵਾ, ਠੀਕ ਆ ਹੈ ਨਾ। ਹੁਣ ਕੱਲ੍ਹ ਅਸੀਂ ਵੀ ਜਾਵਾਂਗੇ ਅੰਮ੍ਰਿਤਸਰ, ਅਤੇ ਐਕਸਾਈਟਿਡ ਹੈ ਅੰਮ੍ਰਿਤਸਰ ਜਾਣ ਨੂੰ, ਕਿਉਂਕਿ ਮੈਂ ਕਾਫੀ ਦੇਰ ਬਾਅਦ ਜਾ ਰਹੀ ਹਾਂ ਅੰਮ੍ਰਿਤਸਰ, ਕਾਫੀ ਟਾਈਮ ਹੋ ਗਿਆ ਮੈਂ ਗਈ ਨਹੀਂ ਸੀਗੀ, ਅਤੇ ਕਾਫੀ ਦਿਨਾਂ ਬਾਅਦ ਅਸੀਂ ਜਾ ਰਹੇ ਹਾਂ। ਅਤੇ ਅੰਮ੍ਰਿਤਸਰ ਜਾ ਕੇ ਤਾਂ ਪਹਿਲਾ ਕੰਮ ਸਾਡਾ ਪਤਾ ਕੀ ਹੁੰਦਾ? ਉੱਥੋਂ ਦੇ ਸਟਰੀਟ ਫੂਡ ਨੂੰ ਮੱਤ ਦੇ, ਮਤਲਬ ਕੁਛ ਕੁਛ ਚੀਜ਼ਾਂ ਜਿਹੜੀਆਂ ਮੇਰੀਆਂ ਅਤੇ ਕਵਲ ਦੀਆਂ ਉੱਥੋਂ ਦੀਆਂ ਫੇਵਰੇਟ ਹੈ। ਜਿਵੇਂ ਕਵਲ ਨੇ ਪਿੱਜ਼ਾ ਕੁਲਚਾ ਜਾ ਕੇ ਖਾਣਾ ਹੁੰਦਾ, ਉਹ ਠੰਡੀ ਕੋਈ ਕੰਪਨੀ ਬਾਗ ਲਾਗੋਂ ਮਿਲਦਾ ਨਾ, ਉੱਥੇ ਜਾ ਕੇ ਕਵਲ ਆਪਣਾ ਪਿੱਜ਼ਾ ਕੁਲਚਾ ਖਾਂਦੇ ਆ, ਅਤੇ ਮੈਨੂੰ ਉੱਥੋਂ ਜਾ ਕੇ ਗੋਲ ਗੱਪੇ, ਦਹੀਂ ਵਾਲੇ ਗੋਲ ਗੱਪੇ, ਓ ਹੋ ਹੋ ਹੋ, ਬਦਾਮ ਮਿਲਕ ਬਦਾਮ ਵਾਲਾ ਸ਼ੇਕ ਹੁੰਦਾ ਜਿਹੜਾ, ਉਹ ਇਹ ਸਾਰੀਆਂ ਚੀਜ਼ਾਂ, ਮਤਲਬ ਇਹ ਦੋ ਦਿਨ ਮੈਂ ਤਾਂ ਕਵਲ ਇਸੇ ਕੰਮ 'ਤੇ ਰਹਿੰਦੀ ਹੁੰਦੀ। ਫਿਰ ਗੁਰਦਰਬਾਰ ਸਾਹਿਬ ਜਾਣਾ, ਛਾਟਾ ਸਾਹਿਬ ਜਾਣਾ, ਫਿਰ ਅੰਮ੍ਰਿਤਸਰ ਜਾਓ, ਅਤੇ ਕੁਛ ਪ੍ਰਮੋਸ਼ਨਸ ਵੀ ਹੁੰਦੀਆਂ ਹੀ ਆ, ਹਮੇਸ਼ਾ ਹੀ ਮੈਨੂੰ ਪਹਿਲਾਂ ਹੀ ਕਾਲਸ ਆ ਜਾਂਦੀਆਂ ਵਾ, ਅਤੇ ਜਦੋਂ ਅੰਮ੍ਰਿਤਸਰ ਜਾਣਾ ਹੋਵੇ ਸੋ ਦੋ ਤਿੰਨ ਉਹ ਨੇ, ਫਿਰ ਫੈਮਿਲੀ ਨੂੰ ਵੀ ਟਾਈਮ ਦੇਣਾ, ਮੈਂ ਆਪਣੇ ਪੇਕੇ ਵੀ ਰਹਿ ਕੇ ਆਉਣਾ ਇੱਕ ਦਿਨ, ਤੈਨੂੰ ਗੱਡੀ ਲੈ ਕੇ ਦੇਣੀ ਤੇ ਤੂੰ ਇਦਾਂ ਕਰਕੇ ਨਾ, ਹਾਂ ਇਦਾਂ ਪਰਦਾ ਲਾਉਣਾ ਉੱਥੇ, ਹਾਂ ਜਿੱਦਾਂ ਉਹ ਲਾਉਂਦੇ ਹੁੰਦੇ ਸਾਰੇ ਜਣੇ ਗੱਡੀ 'ਚ ਦੀ ਵੀਡੀਓ ਪਾਉਂਦੇ ਹੁੰਦੇ ਆ, ਤੇ ਨਾਲੇ ਆਪਾਂ ਦੋ ਬੰਦੇ ਰੱਖਣੇ ਪਟਾਕੇ ਚਲਾਉਣ ਜਿਹੜੇ, ਉਹ ਜਿਹੜਾ ਚੱਲਦਾ ਨਹੀਂ ਹੁੰਦਾ ਕਦੀ ਵੀ ਮੌਕੇ ਤੇ, ਗੱਡੀ ਲੈ ਕੇ ਦੇ ਰਹੇ ਨੇ ਕਵਲ ਨੂੰ ਅਗਲੇ ਸਾਲ, ਪਟਾਕਾ ਹੁੰਦਾ ਕਦੀ ਮੌਕੇ ਤੇ ਚੱਲਦਾ ਨਹੀਂ, ਤੁਹਾਡਾ ਪਰਨਾ ਢਿੱਲਾ ਜਿਹਾ ਹੋਣ ਡਿਆ, ਉਹ ਕੋਈ ਗਲਤ ਨਹੀਂ, ਇੰਦਰਜੀਤ ਨੇ ਕੁਛ ਸਟਾਈਲ, ਯੋ ਮੈਨ ਇਹ ਇੰਦਰਜੀਤ ਫਿੱਕੂ ਆ। ਹੈਪੀ ਡੇ, ਹੈਪੀ ਡੇ, ਹੈਪੀ ਇੰਡੀਪੈਂਡੈਂਸ ਡੇ, ਆ ਤੋੜ ਲਿਆ ਜੀ।
ਦੋਸਤੋ ਉਮੀਦ ਕਰਦੀ ਹਾਂ ਵਲੌਗ ਚੰਗਾ ਲੱਗਾ ਹੋਊਗਾ, ਚੰਗਾ ਲੱਗਾ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ ਅਤੇ ਆਹ ਸਾਈਡ 'ਤੇ ਇੰਸਟਾਗ੍ਰਾਮ ਆਈ ਡੀ ਇਹਨੂੰ ਜਾ ਕੇ ਵੀ ਫੋਲੋ ਕਰ ਲਓ ਅਤੇ ਥੈਂਕ ਯੂ ਸੋ ਮੱਚ ਆਪਣੇ ਪਿਆਰ ਦੇ ਲਈ।